ਮਰਦਮਸ਼ੁਮਾਰੀ ਜਦੋਂ ਦੂਜੀ ਵੇਰ ਆਈ ਸੀ, ਮੇਰੀ ਵੀ ਡਿਊਟੀ ਉਹਦੇ 'ਚ ਲਗਾਈ ਸੀ। ਸਰਵੇ ਕਰਨ ਲਈ ਮੈਂ ਘਰਾਂ 'ਚ ਫੇਰੀ ਪਾਈ ਸੀ, ਇੱਕ ਘਰ ਬੈਠੀ ਇੱਕ ਬਿਰਧ ਮਾਈ ਸੀ। ਮੈਨੂੰ ਪਹਿਚਾਨਣ ਲਈ ਉਸਦਾ ਮੱਥੇ 'ਤੇ ਹੱਥ ਰੁਕ ਗਿਆ, ਸਤਿ ਸ਼੍ਰੀ ਅਕਾਲ ਕਹਿ ਕੇ ਮੇਰਾ ਸਿਰ ਝੁੱਕ ਗਿਆ। ਕੌਣ ਹੈ ਭਾਈ ਤੂੰ, ਕੰਮ ਹੈ ਕੀ ਵੇ, ਘਰ ਹਾਂ ਇਕੱਲੀ, ਹੋਰ ਕੋਈ ਨਾ ਜੀਵੇ। ਮਾਸਟਰਾਂ ਬੇਬੇ ਮੈਂ ਤਾਂ ਸਕੂਲ ਦਾ, ਘੁੰਮਣ ਕਲਾਂ 'ਤੇ ਬਲਾਕ ਮੰਡੀ ਫੂਲ ਦਾ। ਸਰਵੇ ਕਰਨਾ ਮੈਂ ਤੁਹਾਡੇ ਪਰਿਵਾਰ ਦਾ, ਆਪਣਾ ਨਾਂ ਦੱਸ ਨਾਲੇ ਆਪਣੇ ਸਰਦਾਰ ਦਾ। ਮੱਧਮ ਅੱਖਾਂ ਦੇ ਵਿੱਚ ਭਰ ਆਇਆ ਪਾਣੀ ਸੀ, ਚਿਹਰੇ ਦੀਆਂ ਝੂੜੀਆਂ ਬਿਆਨ ਕਰ ਗਈਆਂ ਕਹਾਣੀ ਸੀ। ਪ੍ਰਸੰਨ ਕੌਰ ਨਾਮ, 80 ਸਾਲ ਹੋ ਗਏ ਜਾਈ ਨੂੰ। ਪ੍ਰਸੰਨ ਕੌਰ ਨਾਮ, 80 ਸਾਲ ਹੋ ਗਏ ਜਾਈ ਨੂੰ, 60 ਸਾਲ ਹੋ ਗਏ ਪੁੱਤ ਬਖਤੌਰ ਸੂ ਨਾ ਵਿਆਹੀ ਨੂੰ। ਚਾਰ ਪੁੱਤ ਹੋਏ ਮੇਰੇ ਘਰ ਦੀ ਸ਼ਾਨ ਸੀ, ਕੰਮ ਕਰ ਕਰ ਮੇਰੀ ਥੱਕਦੀ ਨਾ ਜਾਨ ਸੀ। ਦਿਨ ਰਾਤ ਭੱਜੇ ਫਿਰਦੇ ਚਾਈ ਚਾਈ ਸੀ, ਮਿੱਟੀ ਨਾਲ ਮਿੱਟੀ ਹੁੰਦੇ ਮੈਂ ਤੇ ਮੇਰਾ ਸਾਈ ਸੀ। ਮਿਹਨਤਾਂ ਕਰਕੇ ਪੁੱਤ ਪੜ੍ਹਾਏ ਲਿਖਾਏ ਸੀ, ਚਾਵਾਂ ਨਾਲ ਵਿਆਹੇ ਨਾਲੇ ਨੌਕਰੀਆਂ ਲਗਵਾਏ ਸੀ। ਸ਼ਹਿਰੀ ਬਣ ਗਏ ਨੇ, ਛੱਡ ਗਏ ਨੇ ਪਿੰਡ ਵੇ, ਸ਼ਹਿਰੀ ਬਣ ਗਏ ਨੇ, ਛੱਡ ਗਏ ਨੇ ਪਿੰਡ ਵੇ, ਸੋਹਣਾ ਪਰਿਵਾਰ ਗਿਆ ਹੌਲੀ ਹੌਲੀ ਖਿੰਡ ਵੇ। ਇਸੇ ਗੱਲ ਨੂੰ ਮੇਰਾ ਸਾਈ ਦਿਲ ਤੇ ਲਾ ਗਿਆ, ਨਿਰਮੋਹੀ ਦੁਨੀਆਂ ਨੂੰ ਫਤਿਹ ਬੁਲਾ ਗਿਆ। ਕੱਲੀ ਰਹਿ ਗਈਆਂ ਦਿਲੋਂ ਉੱਠੇ ਹੂਕ ਵੇ, ਕੱਲੀ ਰਹਿ ਗਈਆਂ ਦਿਲੋਂ ਉੱਠੇ ਹੂਕ ਵੇ, ਪੁੱਤਾਂ ਦੀਆਂ ਸ਼ਹਿਰ ਕੋਠੀਆਂ ਤੇ ਮਾਂ ਕਿੱਥੇ ਰੱਖੇ ਸੰਦੂਕ ਵੇ। ਮੀਟਿੰਗਾਂ ਮੂਟਿੰਗਾਂ ਦੇ ਬਹਾਨੇ ਜੇ ਲਾਉਂਦੇ ਨੇ, ਮੀਟਿੰਗਾਂ ਮੂਟਿੰਗਾਂ ਦੇ ਬਹਾਨੇ ਜੇ ਲਾਉਂਦੇ ਨੇ, ਹੁਣ ਤਾਂ ਪੁੱਤ ਜ਼ਮੀਨ ਦਾ ਠੇਕਾ ਲੈਣੀ ਆਉਂਦੇ ਨੇ। ਭੇਜੇ ਮੈਂ ਸੁਨੇਹੇ, ਲੈ ਲਓ ਖਬਰ ਸਾਰ ਵੇ, ਆ ਨਹੀਂ ਸਕਦੇ ਕਹਿੰਦੇ ਟੌਮੀ ਬਿਮਾਰ ਵੇ। ਦੱਸ ਕੀ ਕਰੂ ਪੁੱਤ ਪਾਲਣ ਹਾਰਾ ਵੇ, ਚੰਦਰਿਆਂ ਨੂੰ ਮਾਂ ਤੋਂ ਵੱਧ ਕੁੱਤਾ ਹੋ ਗਿਆ ਪਿਆ। ਓਏ ਹੋਏ, ਕੀ ਬਾਤ ਹੈ। ਬੋਰੀ ਵਾਲੇ ਝੋਲੇ 'ਚੋਂ ਬੇਬੇ ਪਾਸਬੁੱਕ ਕੱਢ ਲਿਆਈ ਸੀ, ਬੋਰੀ ਵਾਲੇ ਝੋਲੇ 'ਚੋਂ ਬੇਬੇ ਪਾਸਬੁੱਕ ਕੱਢ ਲਿਆਈ ਸੀ, ਆ ਦੇਖੀ ਪੁੱਤ ਐਤਕੀ ਦੀ ਪੈਨਸ਼ਨ ਨਹੀਂ ਆਈ ਸੀ। ਏਦੋਂ ਵੱਡੀ ਜ਼ਿੰਦਗੀ ਦੀ ਹੋਊ ਕੀ ਹਾਰ ਵੇ, ਏਦੋਂ ਵੱਡੀ ਜ਼ਿੰਦਗੀ ਦੀ ਹੋਊ ਕੀ ਹਾਰ ਵੇ, ਚਾਰ ਪੁੱਤਾਂ ਦੀ ਮਾਂ ਮੈਨੂੰ ਪਾਲਦੀ ਹੈ ਸਰਕਾਰ ਵੇ। ਰੋਣ ਦਾ ਪਖੰਡ ਉਦੋਂ ਕਰਨਗੇ ਸਾਰੇ ਵੇ, ਭੋਗ ਤੇ ਇਕੱਠ ਨਾਲੇ ਕਰਨਗੇ ਭੰਡਾਰੇ ਵੇ, ਉਸ ਦਿਨ ਦੇਖੀ ਪੁੱਤਾ ਵੱਜਦੇ ਸਲੂਟ ਵੇ, ਉਸ ਦਿਨ ਦੇਖੀ ਪੁੱਤਾ ਵੱਜਦੇ ਸਲੂਟ ਵੇ, ਸ਼ਰਧਾਂਜਲੀਆਂ ਵੇਲੇ ਦੇਖੀ ਬੋਲਦੇ ਝੂਠ ਵੇ। ਮਾਸਟਰ ਪੁੱਤਾ ਤੂੰ ਦੇਵੇਂ ਬੱਚਿਆਂ ਨੂੰ ਗਿਆਨ ਵੇ, ਮਾਸਟਰ ਪੁੱਤਾ ਤੂੰ ਦੇਵੇਂ ਬੱਚਿਆਂ ਨੂੰ ਗਿਆਨ ਵੇ, ਅਫਸਰ ਆਪੇ ਬਣਨਗੇ ਬਣਾਈ ਨੇਕ ਇਨਸਾਨ ਵੇ। ਭੁੱਲ ਨਾ ਜਾਣ ਕਿਤੇ ਆਪਣੇ ਫਰਜ਼ ਵੇ, ਬੜੇ ਔਖੇ ਹੁੰਦੇ ਲਾਉਣੇ ਮਾਵਾਂ ਦੇ ਕਰਜ਼ ਵੇ। ਬੇਬੇ ਨੇ ਜਦੋਂ ਮੁਕਾਤੀ ਕਹਾਣੀ ਸੀ, ਚਹਿਲ ਦੀਆਂ ਅੱਖਾਂ ਵਿੱਚ ਭਰ ਆਇਆ ਪਾਣੀ ਸੀ, ਦਿਲ ਵਿੱਚ ਉੱਠੀ ਫਿਰ ਡੂੰਘੀ ਇੱਕ ਚੀਸ ਹੋਏ, ਦਿਲ ਵਿੱਚ ਉੱਠੀ ਫਿਰ ਡੂੰਘੀ ਇੱਕ ਚੀਸ ਹੋਏ, ਚੇਤੇ ਰੱਖਿਓ ਸੋਹਣਿਓ, ਸਿਰ ਦੇ ਤਾਜ ਤੋਂ ਵੱਡੀ ਹੈ ਮਾਂ ਦੀ ਅਸੀਸ ਹੋਏ, ਸਿਰ ਦੇ ਤਾਜ ਤੋਂ ਵੱਡੀ ਹੈ ਮਾਂ ਦੀ ਅਸੀਸ ਹੋਏ, ਸਿਰ ਦੇ ਤਾਜ ਤੋਂ ਵੱਡੀ ਹੈ ਮਾਂ ਦੀ ਅਸੀਸ। ਇਹ ਬਹੁਤ ਸੋਹਣੀ ਕਵਿਤਾ, ਔਰ ਮੈਨੂੰ ਲੱਗਦਾ ਮੈਂ ਇਹਨੂੰ ਕਿੰਨੀ ਵਾਰੀ ਸੁਣਿਆ, ਪਰ ਜਦੋਂ ਤੁਸੀਂ ਲਾਈਵ ਸੁਣਦੇ ਆ ਨਾ, ਮੈਂ ਤੁਹਾਨੂੰ ਕਿਹਾ ਕਿ ਐਵੇਂ ਨੀ ਰੌਲਾ ਪੈ ਰਿਹਾ, ਬਜ਼ੁਰਗ ਵਾਲੀ ਪਹਿਲਾਂ ਕਵਿਤਾ ਸੁਣਾ ਦਿਓ। ਜੀ ਜੀ ਜੀ, ਇੰਨੀ ਸੋਹਣੀ ਲੇਖਣੀ ਤੁਸੀਂ ਪਰੋਈ ਹੈ ਨਾ ਜੀ, ਕਿਉਂਕਿ ਸਾਡੀ ਜ਼ਿੰਦਗੀ ਦਾ ਇਹ ਕੌੜਾ ਸੱਚ ਆਪਾਂ ਕਹਿ ਲਈਏ ਇਹ ਹੈਗਾ ਜੀ ਜੀ ਜੀ, ਕਿ ਸਾਡੇ ਕੋਲ ਹਰ ਚੀਜ਼ ਲਈ ਟਾਈਮ ਨਹੀਂ ਹੁੰਦਾ ਜੀ, ਪਰ ਅਸੀਂ ਵਿਦੇਸ਼ਾਂ 'ਚ ਵੀ ਆਪਣੇ ਬੱਚੇ ਭੇਜ ਦਿੱਤੇ, ਬਿਲਕੁਲ, ਪਰ ਬਜ਼ੁਰਗ ਮਾਂ ਬਾਪ ਜਦੋਂ ਇਕੱਲੇ ਰਹਿ ਜਾਂਦੇ ਨੇ, ਜਦੋਂ ਅਸੀਂ ਨਿੱਕੇ ਸੀ ਸਾਡੇ ਮਾਂ ਬਾਪ ਨੇ ਤਾਂ ਸਾਨੂੰ ਛੱਡਿਆ ਨੀ, ਬਿਲਕੁਲ ਬਿਲਕੁਲ, ਕਿ ਇਹਨਾਂ ਨੂੰ ਛੱਡਿਆ ਉਹਨੇ ਕਿਤੇ ਟੇਕ ਕੇਅਰ ਉੱਥੇ ਆਪੇ ਹੀ ਪੜ ਜਾਓਗੇ, ਜੇ ਹੁਣ ਉਹ ਬਜ਼ੁਰਗ ਹੋ ਗਏ।